ਆਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਆਸਮਾਨੀ ਬਿਜਲੀ ਘਰ ਤੇ ਡਿੱਗੀ ਤਾਂ ਬਜ਼ੁਰਗ ਔਰਤ ਆਪਣੇ ਘਰ ਦੇ ਵਿੱਚ ਸੋ ਰਹੀ ਸੀ ਤੇ ਅਚਾਨਕ ਹੀ ਲੈਂਟਰ ਜੋ ਹੈ ਉਹ ਹੇਠਾਂ ਡਿੱਗ ਜਾਂਦਾ ਹੈ। ਹਾਲਾਂਕਿ ਜਿਸ ਦੇ ਕਾਰਨ ਜੋ ਬਜ਼ੁਰਗ ਹੈ ਉਹ ਮਲਬੇ ਦੇ ਨੀਚੇ ਦੱਬ ਜਾਂਦੀ ਹੈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਦੇ ਕੋਲ ਮੁਆਵਜ਼ੇ ਦੀ ਗੁਹਾਰ ਲਗਾਈ ਗਈ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਔਰਤ ਦੀ ਆਸਮਾਨੀ ਬਿਜਲੀ ਡਿੱਗਣ ਦੇ ਕਾਰਨ ਮੌਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਬਜ਼ੁਰਗ ਔਰਤ ਆਪਣੇ ਕਮਰੇ ਦੇ ਵਿੱਚ ਸੋ ਰਹੀ ਸੀ ਤਾਂ ਅਚਾਨਕ ਹੀ ਉਸਦੇ ਉੱਪਰ ਆਸਮਾਨੀ ਬਿਜਲੀ ਡਿੱਗਦੀ ਹੈ ਜਿਸ ਦੇ ਕਾਰਨ ਘਰ ਦਾ ਅੱਧਾ ਲੈਂਟਰ ਉਸਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਹਾਲਾਂਕਿ ਜੇਕਰ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਮੀਂਹ, ਗੜੇਮਾਰੀ ਅਤੇ ਬਿਜਲੀ ਡਿੱਗਣ ਦੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਇੱਕ ਪਾਸੇ ਤੇਜ਼ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਕਣਕਾਂ ਦੀ ਫਸਲ ਦਾ ਨੁਕਸਾਨ ਕੀਤਾ, ਉੱਥੇ ਹੀ ਆਸਮਾਨੀ ਬਿਜਲੀ ਡਿੱਗਣ ਦੇ ਨਾਲ ਕਈ ਘਰਾਂ ਦਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ। ਕਈ ਘਰਾਂ ਦੇ ਜੋ ਬਿਜਲੀ ਵਾਲੇ ਉਪਕਰਨ ਸੀ ਉਹ ਵੀ ਸੜ ਕੇ ਸਵਾਹ ਹੋ ਗਏ ਨੇ ਤੇ ਹੁਣ ਇੱਕ ਬਜ਼ੁਰਗ ਔਰਤ ਦੀ ਵੀ ਆਸਮਾਨੀ ਬਿਜਲੀ ਡਿੱਗਣ ਦੇ ਕਾਰਨ ਮੌਤ ਹੋ ਗਈ ਹੈ। ਕੀ ਨਾਮ ਹੈ, ਕਿੱਥੋਂ ਦੇ? ਮੈਂ ਮਨਜੀਤ ਸਿੰਘ ਜੀ, ਮੇਰੇ ਜ਼ਮੀਨ ਇਸੇ ਨਵੇਂ ਬਾਰੇਕਿਆਂ ਦੇ ਵਿੱਚ, ਮੇਰੇ ਰਿਸ਼ਤੇਦਾਰ ਨੇ ਤੇ ਇਹ ਜਿਹੜਾ ਰਾਤ ਤੂਫਾਨ ਆਇਆ, ਹਨੇਰ ਆਇਆ, ਉਹਦੇ ਨਾਲ ਮਤਲਬ ਜਿਹੜਾ ਕਿ ਬਾਰਿਸ਼ ਬਹੁਤ ਜ਼ਿਆਦਾ ਪਈ ਹੈ ਤੇ ਉਹਦੇ ਨਾਲ ਮਤਲਬ ਜਿਹੜਾ ਕਿ ਉੱਥੇ ਤੇੜਾਂ ਆ ਗਈਆਂ ਤੇ ਦੁਪਹਿਰ ਵੇਲੇ ਜਿਹੜੀ ਮਤਲਬ ਬੱਦੀ ਬਿਜਲੀ ਕੜਕੀ ਹੈ, ਬਿਜਲੀ ਕੜਕਣ ਨਾਲ ਯਕਦਮ ਜਿਹੜੀ ਧਮਕ ਵੱਜੀ, ਧਮਕ ਨਾਲ ਛੱਤ ਡਿੱਗ ਪਈ, ਮਾਤਾ ਅੰਦਰ ਪਈ ਹੋਈ ਸੀ ਤੇ ਉਹ ਸਲੈਬ ਉਹਦੇ ਉੱਤੇ ਡਿੱਗੀ ਹੈ ਤੇ ਉਹਦੀ ਮੌਤ ਹੋ ਗਈ। ਔਰ ਸਰਕਾਰ ਤੋਂ ਕੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਗਰੀਬ ਪਰਿਵਾਰ ਹੈ, ਇਹਨਾਂ ਦਾ ਮਤਲਬ ਜ਼ਮੀਨ ਭਾਂਡਾ ਕੋਈ ਨਹੀਂ ਹੈਗਾ ਤੇ ਸਰਕਾਰ ਤੋਂ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਗਰੀਬ ਪਰਿਵਾਰ ਦੀ ਮਦਦ ਕਰਨ, ਮਦਦ ਕੀਤੀ ਜਾਵੇ, ਮਦਦ ਕੀਤੀ ਜਾਵੇ। ਕੀ ਕੀ ਨਾਮ ਕੀ ਤੁਹਾਡਾ? ਤਰਸੇਮ ਸਿੰਘ ਜੀ। ਤਰਸੇਮ ਸਿੰਘ, ਜਿਹੜੀ ਡੈਥ ਹੋਈ, ਮਤਲਬ ਮੈਂ ਬੇਟਾ, ਇਹ ਕੀ ਲੱਗਦੇ ਸੀਗੇ ਆਪਣੇ? ਮਾਤਾ ਜੀ। ਮਾਤਾ ਸੀਗੀ? ਹਾਂਜੀ। ਤੇ ਡੈਥ ਕਿਸ ਤਰ੍ਹਾਂ ਹੋਈ, ਕੀ ਡਿੱਗਿਆ? ਲੈਂਟਰ ਡਿੱਗਿਆ ਜੀ। ਲੈਂਟਰ ਕੀ ਡਿੱਗਿਆ, ਕੀ ਕਾਰਨ ਹੋ ਗਿਆ? ਲੈਂਟਰ ਜੀ, ਰਾਤ ਮੌਸਮ ਖਰਾਬ ਸੀ, ਦਿਨ ਬਿਜਲੀ ਕੜਕਣ ਕਰਕੇ ਸਲੈਬ ਡਿੱਗਣ ਕਾਰਨ ਕੀ ਉੱਪਰ ਹੋਇਆ? ਦੁਪਹਿਰ ਦੁਪਹਿਰ ਬਿਜਲੀ ਕੜਕੀ, ਦੁਪਹਿਰ ਵੇਲੇ। ਹਾਂਜੀ। ਤੇ ਇਹ ਛੱਤ ਡਿੱਗ ਪਈ? ਹਾਂਜੀ। ਤੇ ਕਿੰਨੇ ਮਕਾਨਾਂ ਨਾਲ? ਤਿੰਨ ਮਕਾਨ ਸਾਰੇ ਹਿੱਲ? ਹਾਂਜੀ, ਸਾਰੇ ਮਕਾਨ ਹਿੱਲ ਗਏ। ਦੁਬਾਰਾ ਕਿਸ ਤਰ੍ਹਾਂ? ਬਰਾਂਡਾ ਵੀ ਪਾੜ ਗਿਆ ਜੀ। ਸਾਰੀਆਂ ਦੁਬਾਰਾ? ਹਾਂਜੀ, ਸਾਰੀਆਂ। ਮਾਤਾ ਮਾਰ ਗਈਆਂ ਜੀ। ਤੇ ਮਾਤਾ ਨੂੰ ਕਿਸ ਤਰ੍ਹਾਂ ਕੱਢਿਆ ਫਿਰ ਮਲਬੇ? ਮਾਤਾ ਨੂੰ ਪੱਥਰ ਚੱਕ ਕੇ ਕੱਢਿਆ ਜੀ, ਮਲਬੇ ਥੱਲੇ। ਹਾਂਜੀ, ਮਲਬੇ ਥੱਲੇ। ਹੁਣ ਕੀ ਮੰਗੇ ਸਰਕਾਰ ਤੋਂ? ਕੋਈ ਮੰਗ ਹੋਈ ਕੋਈ ਸਹਾਇਤਾ ਹੋਈ ਜਾਏ, ਮਦਦ ਕੀਤੀ ਜਾਵੇ। ਕਿੰਨੀ ਉਮਰ ਸੀਗੀ ਮਾਤਾ ਦੀ? ਮਾਤਾ ਜੀ 60-65 ਸਾਲ ਦੀ? 70 ਸਾਲ ਦੀ। 70 ਸਾਲ ਦੀ। ਕੀ ਨਾਂ ਸੀਗਾ? ਪ੍ਰਿਤਮ ਕੌਰ। ਠੀਕ। ਕੀ ਨਾਮ ਤੁਹਾਨੂੰ? ਹਾਂਜੀ, ਮੇਰਾ ਨਾਂ ਗੁਰਮੀਤ ਕੌਰ। ਗੁਰਮੀਤ ਕੌਰ, ਕੀ ਲੱਗਦੇ ਨੇ? ਬੱਦਲ ਗੱਜਣ ਕਰਕੇ ਤੇ ਦੁਪਹਿਰੇ ਵੀ ਫਿਰ ਬਿਜਲੀ ਕੜਕੀ ਤੇ ਲੇਟੇ ਪਏ ਸੀ ਤੇ ਉਹ ਫਿਰ ਬਿਜਲੀ ਕੜਕਣ ਨਾਲ ਛੱਤ ਡਿੱਗ ਪਈ ਇਹਨਾਂ ਦੇ ਉੱਪਰ। ਕੀ ਪਿਆ ਉਹਨੂੰ? ਧਮਕ ਪਈ? ਕੀ? ਹਾਂਜੀ, ਧਮਕ ਪਈ ਹੈ ਤੇ ਤਾਂ ਹੀ ਡਿੱਗਾ।
ਛੱਤ ਡਿੱਗ ਪਈ ਤੇ ਇਹਨਾਂ ਦੀ ਡੈਥ ਹੋ ਤੇ ਕੰਧਾਂ ਕਿਸ ਤਰ੍ਹਾਂ ਜਿਹੜੀਆਂ ਪੱਟ ਗਈਆਂ ਨੇ ਉਹ ਵੀ ਹਾਂਜੀ ਕੰਧਾਂ ਉਸ ਦੇ ਕਾਰਨ ਜਦੋਂ ਲੈਂਟਰ ਡਿੱਗਿਆ ਫਟਿਆ ਤੇ ਉਹ ਫਿਰ ਆਪਾਂ ਨੂੰ ਪਤਾ ਸੜਕੇ ਪਾਏ ਹੁੰਦੇ ਨੇ ਸਾਰੇ ਹਾਂ ਤੇ ਉਹ ਫਿਰ ਉਹਨਾਂ ਦੇ ਨਾਲ ਮਕਾਨ ਹੋਰ ਵੀ ਲੱਗੇ ਨੇ ਹਾਂਜੀ ਸਾਰਾ ਸਾਰੇ ਡਿੱਗ ਗਏ ਨੇ ਜੀ ਸਾਰੇ ਤੇ ਸਾਰਾ ਕੁਛ ਹਾਂਜੀ ਸਾਰਾ ਕੁਛ ਹੁਣ ਕੀ ਮੰਗ ਹੈ ਵੀ ਸਰਕਾਰ ਇਹਨਾਂ ਨੂੰ ਕੋਈ ਮਦਦ ਹਾਂਜੀ ਮੰਗ ਤਾਂ ਹੈਗੀ ਹੈ ਸਰਕਾਰ ਕਰੇ ਮੁੰਡੇ ਨਾਲ ਅਵਤਾਰ ਸਿੰਘ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਮੀਂਹ ਕਰਕੇ ਨਾ ਛੱਤ ਦਾ ਨੁਕਸਾਨ ਸੀਗਾ ਤੇ ਅੰਦਰ ਲੰਬੇ ਪਿਆ ਜੀ ਮਾਤਾ ਜੀ ਤੇ ਉਹ ਛੱਤ ਜਾ ਨੀ ਉੱਤੇ ਉੜ ਕੇ ਡਿੱਗ ਗਏ ਤੇ ਸਾਰੀ ਛੱਤਾਂ ਪਾੜ ਗਏ ਉਸੇ ਛੱਤ ਡਿੱਗਣ ਨਾਲ ਰਾਤ ਦੇ ਤੂਫਾਨ ਰਾਤ ਨੂੰ ਜਿਹੜਾ ਤੂਫਾਨ ਆਣ ਕਰਕੇ ਤੂਫਾਨ ਨਾਲ ਮਤਲਬ ਰਾਤ ਸਾਰੇ ਛੱਤਾਂ ਪਾੜ ਗਏ ਛੱਤਾਂ ਕਮਜ਼ੋਰ ਹੋ ਗਏ ਡਿੱਗ ਪਈਆਂ ਛੱਤਾਂ ਕਮਜ਼ੋਰ ਹੋ ਗਏ ਮਾਤਾ ਥੱਲੇ ਸੀਗੀ ਪਾੜ ਗਏ ਤੇ ਉੱਥੇ ਅੱਗ ਡਿੱਗ ਗਈ ਮਾਤਾ ਥੱਲੇ ਸੀ ਮਾਤਾ ਥੱਲੇ ਨੂੰ ਤਾਂ ਸੀ ਕਿੰਨੀ ਕੁ ਉਮਰ ਸੀ ਮਾਤਾ ਜੀ ਦੀ ਡੈਥ ਹੋ ਗਈ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਕੀ ਮੁਆਵਜ਼ਾ ਦੇ ਸਿਰ ਲਗਾਉਣ ਯੋਗ ਹੋ ਜਾਣ ਠੀਕ